ਇਸ ਰੋਡਾਂ ਵਿੱਚ ਮੋਟਰਸਾਈਕਲਾਂ ਵਾਲੇ ਵੀ ਗੁਜ਼ਰੇ ਜੀ, ਪੈਦਲ ਹਵਾ ਵੀ ਗੁਜ਼ਰੀ ਆ, ਗੱਡੀਆਂ ਬੜੀ ਗੁਜ਼ਰੀ ਆ, ਉਸ ਤੋਂ ਬਾਅਦ ਟਰੱਕਾਂ ਬੜੀ ਹਵਾ ਵਾ ਗੁਜ਼ਰੀ ਆ। ਅੱਗੇ ਸਾਹ ਤੱਕਣਾ ਸੋਹਾ ਦੋ ਭਾਪੇ ਦੇ ਰਹੇ, ਇਹ ਭਾਪੇ ਜਿਹੜੇ ਜੇ ਰਹੇ ਆ ਜੀ, ਇਹ ਰਸਤੇ ਜੋ ਵੱਡੇ ਸਾਫ ਖੜੀ ਹੈ ਕਿ ਟਰੱਕ ਇਹਨਾਂ ਵੱਡਿਆਂ ਵੱਲੋਂ ਗੁਜ਼ਰੀ ਆ। ਆਹ ਸਾਨੂੰ ਤੱਕ ਉਹ ਭਾਪੇ ਸਾਰੇ ਰਸਤੇ ਜੋ ਪੱਥਰ ਛੱਤਰ ਚਾਹੀਦੇ, ਉਹ ਟਰੱਕ ਹੈਗੀ ਆਏ ਹੀ ਰਹੇ, ਆਏ ਜਾ ਉਸਤਾਦ, ਆਏ ਜਾ ਐਲੇ ਪੱਥਰ ਚਾਹੀ ਜਾ, ਇਹ ਉਸਤਾਦ ਰਸਤੇ 'ਚ ਪੱਥਰ ਚਾਹੀਦੇ ਜੀ। ਇਹ ਸਹੀ ਨਜ਼ਰ ਆਈ ਰਿਹਾ ਸੀ ਰੋਡ ਕਾ ਸ਼ਹਿਜ਼ਾਦਾ, ਇਹ ਰੋਡਾਂ ਵੱਲ ਫਿਰਿਆ ਜਾਣਾ ਆ, ਬਟੇ ਪ੍ਰੈਸ ਕੀਤਾ ਜਾਣਾ, ਬੜੇ ਉਟਕਣੇ ਉਟਕਣੇ ਲੱਗੇ ਸੋ ਹੈ, ਛਾਲਾਂ ਮਾਨੇ ਮਾਨੇ ਰਾਈ ਆ ਜਾ, ਅੱਜ ਹੀ ਆ ਜਾ ਹੋਇਆ, ਜੀ ਮਾੜੇ ਦੋਸਤੋ ਅਸਲਾਮ ਵਾਲੀਕੁਮ ਕਹਿਣਾ ਸਾਡ ਛੱਕ ਸੋ ਖੁਸ਼ ਬਾਦਸ਼ ਸੋ ਤਾਲਾਨ ਹਿਫਜ਼ ਸੋ ਅਮਾਨ ਚ ਸੋ, ਮੈਂ ਰਾਸ਼ਦ ਸ਼ਬੀਰ ਸੋ ਤਕੀ ਦੇ ਯੂਟਿਊਬ ਚੈਨਲ ਔਰ ਫੇਸਬੁੱਕ ਤੇ ਰਾਸ਼ਦ ਸ਼ਬੀਰ, ਅੱਜ ਸਾਡੀ ਖਿਦਮਤ ਦੀ ਵਾਰੀ ਫਿਰ ਹਾਜ਼ਰ ਹੋਇਆ ਜੀ ਕਿ ਨਵੀਂ ਵੀਡੀਓ ਕੀਤਾ। ਅੱਜ ਮੌਜੂਦ ਹਾਂ ਜੀ ਮੈਂ ਆਪਣੇ ਗ੍ਰਾਂ ਖਾਦਮਾਬਾਦ, ਔਰ ਸਹੀ ਪਤਾ ਹੀ ਹੈ ਜੈਸਾ ਕਿ ਸਾਰਾ ਬਾਜ਼ਾਰ ਜਿਹੜਾ ਹੈ ਨਾ ਜੀ ਉਹ ਖਾਦਮਾਬਾਦ ਹੀ ਹੈ। ਅਗਰ ਅਸੀਂ ਕੋਈ ਚੀਜ਼ਾਂ ਦੀ ਜ਼ਰੂਰਤ ਪਈ ਜਾਣੀ ਹੈ ਤਾਂ ਅਸਾਂ ਕਿ ਜਾਣਾ ਪੈਣਾ ਜੀ ਖਾਦਮਾਬਾਦ, ਜੇ ਅਸਾਂ ਖਾਦਮਾਬਾਦ ਜਾਸਾਂ ਤਾਂ ਫਿਰ ਅਸਾਂ ਕੀ ਕਰਨੀ ਪੈਣੀ ਹੈ ਸੜਕ ਇਸਤੇਮਾਲ, ਤਾਂ ਸੜਕ ਅਸੀਂ ਪਿੱਛਾ ਨਜ਼ਰ ਆ ਹੀ ਰਹੀ ਸੀ, ਇਹ ਜੇ ਸੜਕ ਹੈ ਨਾ ਜੀ ਇਹ ਖਾਦਮਾਬਾਦ ਹੀ ਸੜਕ ਹੈ, ਤਾਂ ਇਸ ਸੜਕਾਂ ਪਰ ਪੈਦਲ ਹਵਾ ਵੀ ਜਾਣੀ ਹੈ ਜੀ, ਮੋਟਰਸਾਈਕਲਾਂ ਲਈ ਵੀ ਜਾਣੀ ਹੈ, ਰਿਕਸ਼ਿਆਂ ਵਾਲੀ ਵੀ ਜਾਣੀ ਹੈ, ਟਰੱਕਾਂ ਵਾਲੀ ਵੀ ਜਾਣੀ ਹੈ, ਬੱਸਾਂ ਵਾਲੀ ਵੀ ਜਾਣੀ ਹੈ, ਮਤਲਬ ਕਿ ਹਰ ਤਰ੍ਹਾਂ ਦੀ ਆਵਾਮ ਇੱਥੋਂ ਗੁਜ਼ਰਨੀ ਹੈ। ਪਿਛਲੇ ਕੁਝ ਸਾਲਾਂ ਸੁਸਾਲ ਤੱਕ ਕਰੀ ਰਹੇ ਸੋ ਕਿ ਇਸ ਰੋਡਾਂ ਦੀ ਜਿਹੜੀ ਹਾਲਤ ਆਇਆ ਸੀ ਨਾ ਜੀ ਉਹ ਬਹੁਤ ਹੀ ਖਰਾਬ ਸੀ ਹੈ, ਖਸਤਾ ਹਾਲ ਸੀ ਹੈ, ਇੱਥੋਂ ਜਿਹੜਾ ਬੰਦਾ ਪੈਦਲ ਗੁਜ਼ਰਨਾ ਸੀ ਨਾ ਉਹ ਬੜੀ ਮੁਸ਼ਕਲ ਨਾਲ ਗੁਜ਼ਰਨਾ ਸੀ, ਗੱਡੀਆਂ ਤਾਂ ਮੋਟਰਸਾਈਕਲਾਂ ਦੀ ਗੱਲ ਹੀ ਦੂਰ ਰਹਿ ਗਈ ਹੈ। ਤਾਂ ਹੁਣ ਮਾਸ਼ਾਅੱਲਾ ਕੁਝ ਅਧਿਆਇਆਂ ਸੋ ਇੱਥੇ ਵਰਕ ਸ਼ੁਰੂ ਹੋਇਆ, ਅਜੋ ਸਾਧਕ ਸਾਹਿਬ ਪਿਛਲੇ ਦਿਨਾਂ 'ਚ ਆਏ ਸਨ, ਉਹਨਾਂ ਇੱਥੇ ਅੱਗੇ ਖਿੱਤਾ ਸ਼ਿਤਾ ਕੱਢਿਆ ਸੀ ਆ, ਉਸਨੇ ਜਿਹੜੀ ਹੈ ਜੀ ਪੜੀ ਛੜੀ ਉਹ ਉੱਪਰ ਮੋੜਾ ਹੀ ਲੱਗੇਗਾ, ਉਹ ਅਸਾਂ ਕਿ ਵੱਧ ਚੱਕ ਕਰਾ ਸਕਦੇ ਓਪਨਿੰਗ ਕਦੋਂ ਹੋਈ ਸੀ ਆ, ਤਾਂ ਉਹ ਇਸ ਰੋਡਾਂ ਵਿੱਚ ਕਿਤਨੀ ਲਾਗਤ ਸੀ ਆ, ਤਾਂ ਉਹ ਰੋਡ ਕਿੱਥੋਂ ਕਿੰਨੀ ਦੂਰ ਕਿੱਥੇ ਤੱਕ ਬਣਸੀ ਆ, ਔਰ ਕਿਤਨੇ ਕਿਲੋਮੀਟਰ ਤੱਕ ਬਣਸੀ ਹੈ। ਮਾਸ਼ਾਅੱਲਾ ਇਹ ਕਾਫੀ ਅਰਸੇ ਸੋ ਸਾਰੀ ਆਵਾਮ ਖਾਦਮਾਬਾਦ ਨੇ ਡਿਮਾਂਡ ਕਰੀ ਰਹੀ ਸੀ ਆ ਕਿ ਖਾਦਮਾਬਾਦ ਨੇ ਰੋਡ ਬਣਾਈ ਜਾਏ, ਹੁਣ ਮਾਸ਼ਾਅੱਲਾ ਵਰਕ ਸਟਾਰਟ ਹੋ ਗਿਆ, ਸੋ ਤੱਕਣੇ ਉੱਤੇ ਰੋਡ ਪੱਟੀ ਉੜੀ ਜਾ ਰਹੇ, ਪੱਟੀ ਉੜੀ ਜਾ ਰਹੇ, ਤਾਂ ਕਿ ਇਸ ਰੋਡਾਂ ਕਿ ਇੱਕ ਤਰ੍ਹਾਂ ਨਾਲ ਲੈਵਲ ਕੀਤਾ ਜਾਏ, ਔਰ ਇਸ ਰੋਡ ਦੀ ਜੋ ਸਖਤ ਹੈ ਤਾਂ ਇਸ ਰੋਡ 'ਤੇ ਥੋੜ੍ਹਾ ਚੱਫਾ ਵੀ ਕੀਤਾ ਗਿਆ, ਇਹ ਸੋ ਤੱਕਣੇ ਸੋ ਇਹ ਜੀ ਜਗ੍ਹਾ ਆਇਆ ਸੀ ਨਾ ਜੀ ਥੋੜ੍ਹੀ ਉੱਚੀ ਨੀਵੀਂ ਸੀ ਹੈ, ਤਾਂ ਇਹ ਸੋ ਤੱਕਣੇ ਸੋ ਸਾਡਾ ਜਿਹੜੀ ਜਗ੍ਹਾ ਹੈ ਜੀ ਥੋੜ੍ਹੀ ਖੁੱਲ੍ਹੀ ਕੀਤੀ ਜਾਣੇ, ਤਾਂ ਕਿ ਇੱਥੋਂ ਜਿਹੜੀ ਹੈ ਜੀ ਆਸਾਨੀ ਨਾਲ ਦੋ ਟਰੱਕ ਦੋ ਬੱਸਾਂ ਆਸਾਨੀ ਨਾਲ ਗੁਜ਼ਰੀ ਜਾਣ। ਜ਼ਾਹਰ ਹੈ ਰੋਜ਼ ਬਾ ਰੋਜ਼ ਜਿਹੜੀ ਹੈ ਜੀ ਟ੍ਰੈਫਿਕ ਜ਼ਿਆਦਾ ਆਉਣੀ ਜਾਣੀ ਹੈ, ਤਾਂ ਫਿਰ ਰਸ਼ ਵੀ ਜ਼ਿਆਦਾ ਹੋਣਾ ਜਾਂ, ਇਸ ਵਜ੍ਹਾ ਸੋ ਰੋਡ ਕੀ ਖੁੱਲ੍ਹਾ ਕੀਤਾ ਗਿਆ ਕਿ ਅਗਰ ਅੱਗੇ ਨੈਕਸਟ ਟਾਈਮ ਜ਼ਰੂਰਤ ਪਈ ਜਾਏ ਤਾਂ ਬੰਦਾ ਇਸੀ ਕਿ ਆਸਾਨੀ ਨਾਲ ਸੜਕ ਹੀ ਬਣਾਈ ਸਕੇ। ਉਸਤਾਦ ਜੀ ਕਹਿ ਲੈ ਸਰ, ਠੀਕ ਹੈ, ਹੋਰ ਸੁਣਾਓ, ਕੋਈ ਮੁਸ਼ਕਲਾਂ ਤਾਂ ਨਹੀਂ ਪੇਸ਼ ਆਈਆਂ ਰੋਡਾਂ ਪਰ? ਮੁਸ਼ਕਲਾਂ ਤਾਂ ਬਹੁਤ ਪੇਸ਼, ਕਿਆ ਪੇਸ਼ ਆਈ ਹੈ? ਸਲਿਪ ਹੋਈ ਜਾਣਾ, ਖੱਡੇ ਨੇ। ਕਿਆ ਨਾਮ ਹੈ ਮਾੜੇ ਪਾਪੇ ਨਾ? ਮੁਹੰਮਦ ਅਰਫਾਨ। ਕਿਹ ਜਾ ਸੂ? ਖਾਦਮਾਬਾਦ। ਖਾਦਮਾਬਾਦ ਸੂ, ਤਾਂ ਸਮਾਨ ਸਮਾਨ ਲੈ ਆਣੇ, ਪਤਾ ਲਾਉਣਾ ਕੋਈ ਮਜ਼ਦੂਰੀ ਕਰਨੇ ਸਕੇ ਸੋ? ਹਾਂ ਤਾਂ ਮਜ਼ਦੂਰ ਬੰਦੇ ਆ, ਪਿਆਰੇ ਆ ਤਾਂ ਸਹੀ ਸਾਹਿਬ। ਕਿਹ ਜਾ ਗਏ ਸੋ? ਡੁਡਿਆਲ ਗਏ ਸੋ? ਇਸ ਰੋਡਾ ਸੋ ਅਛਨੇ ਹੋਤਾ ਹੈ ਕਿ ਬੰਦਾ ਖਾਦਾ ਪੀਤਾ ਹੋਇਆ ਤਾਂ ਉਹ ਅਸਮ ਹੋ ਜਾਣਾ ਸੀ ਆ, ਰਹਿਣੀ ਨਹੀਂ ਫਿਰ ਭੋਗ ਦੁਬਾਰਾ ਲਈ ਜਾਣੀ, ਆਫਰ ਮਹਿੰਗਾਈ ਇਤਨੀ ਹੈ ਕਿ ਇਹਦੇ ਬਾਰ ਬਾਰ ਖਾਣ ਹੋਣਾ ਨਹੀਂ, ਤੁਸੀਂ ਪਤਾ ਹੀ ਹੈ ਇਸ ਚੀਜ਼। ਤਾਂ ਹੁਣ ਮਾਸ਼ਾਅੱਲਾ ਕੰਮ ਰੋਡ ਨਾਲ ਸ਼ੁਰੂ ਹੋ ਰਿਹਾ, ਤਾਂ ਕਿਆ ਬਣੇ ਹੋਏ ਅੱਲਾ ਕਰਾ, ਅਗਰ ਹੋਈ ਜਾਏ ਤਾਂ ਮੈਨੂੰ ਬਿਹਤਰ ਹੈ, ਤਾਂ ਇਹ ਤਾਂ ਪਹਿਲੇ ਕੋਲੋਂ ਜ਼ਿਆਦਾ ਹਾਲਤ ਗਰਮੀ ਗਈ ਵੀ, ਅਗਰ ਇਸ ਤਰ੍ਹਾਂ ਰਹੇਗਾ ਫਿਰ ਤਾਂ ਬਹੁਤ। ਕਿਤਨਾ ਅਰਸਾ ਹੋ ਗਿਆ ਸੀ ਇਸ ਰੋਡਾਂ ਪਰ ਚੱਲਿਆ? ਇਸ ਰੋਡਾਂ ਪਰ ਚੱਲਿਆ ਪਿਆਰੇ ਹੋਈ ਗਿਆ ਕਿ 12 ਤੋਂ 15 ਸਾਲ, 12 ਤੋਂ 15 ਸਾਲ ਤੱਕ। ਸੋ ਇਸ ਰੋਡ ਦੀ ਜਿਹੜੀ ਹਾਲਤ ਕਿਸੇ ਪਿਛਲੇ ਦਿਨ ਖਰਾਬ ਸੀ ਹੈ, ਤਾਂ ਉਹ ਕਿਤਨਾ ਟਾਈਮ ਹੋ ਗਿਆ ਸੀ ਸਹੀ ਉਸ ਉਹ ਜਿਹੀ ਹਾਲਤ ਤੱਕਣੇ? ਬਸ ਉਸ ਤਰ੍ਹਾਂ ਅੱਜ ਤਾਂ ਉਸ ਤਰ੍ਹਾਂ ਤੱਕਣੇ ਹਾਲਤ ਹੈ। ਚਲੋ ਹੁਣ ਕੰਮ ਰੋਡ ਨਾਲ ਸ਼ੁਰੂ ਹੋ ਗਿਆ ਮਾਸ਼ਾਅੱਲਾ, ਉਸ ਤੱਕ ਪਾਰ ਬਿਲਡੋਜ਼ਰ ਲਗਾ ਹੋਇਆ, ਤਾਂ ਇਨਸ਼ਾਅੱਲਾ ਬਿਹਤਰ ਹੋ ਸੀ ਹੈ। ਉਹ ਜੈਸਾ ਕਿ ਸਹੀ ਪਿਆ ਸੀ ਇਸ ਰੋਡਾਂ ਵਿੱਚ ਮੋਟਰਸਾਈਕਲਾਂ ਵਾਲੇ ਵੀ ਗੁਜ਼ਰੇ ਜੀ, ਪੈਦਲ ਹਵਾ ਵੀ ਗੁਜ਼ਰੀ ਹੈ, ਗੱਡੀਆਂ ਬੜੀ ਗੁਜ਼ਰੀ ਆ, ਉਸ ਤੋਂ ਬਾਅਦ ਟਰੱਕਾਂ ਬੜੀ ਹਵਾ ਵਾ ਗੁਜ਼ਰੀ ਆ। ਅੱਗੇ ਸਾਹ ਤੱਕ ਸੋਹਾ ਦੋ ਭਾਪੇ ਦੇ ਰਹੇ, ਇਹ ਭਾਪੇ ਜਿਹੜੇ ਜੇ ਰਹੇ ਆ ਜੀ, ਇਹ ਰਸਤੇ ਜੋ ਵੱਡੇ ਸਾਫ ਖੜੀ ਹੈ ਕਿ ਟਰੱਕ ਇਹਨਾਂ ਵੱਡਿਆਂ ਵੱਲੋਂ ਗੁਜ਼ਰੀ ਹੈ, ਬਾਕੀ ਉਸ ਤੱਕ ਟਰੱਕ ਵੀ ਆਈ ਰਿਹਾ, ਟਰੱਕ ਜਿਹੜਾ ਆਈ ਰਿਹਾ ਬੜੀ ਸਲੋ ਮੋਸ਼ਨ 'ਚ ਆਈ ਰਿਹਾ। ਆਹ ਸਾਡੇ ਕੋਲ ਭਾਪੇ ਚਾਹਿਆ ਵੱਡਾ ਸਾਈ, ਇਹ ਵੱਡੇ ਕਿਹਾ ਸਾਈਡ ਕਹੀ ਰਹੇ ਹੋ, ਗੱਡੀ ਕੁਝ ਹੋਈ ਨਾ ਜੀ, ਗੱਡੀ ਢਹੀ ਨਾ ਪਿਆ, ਬਾਕੀ ਅਸਾਂ ਟਰੱਕਾਂ ਤੋਂ ਤੇਜ਼ ਚੱਲੀ ਰਿਹਾ, ਤਾਂ ਟਰੱਕ ਜਿਹਾ ਚੱਲੀ ਰਿਹਾ ਉਹ ਬੜਾ ਆਰਾਮ ਸਕੂਨ ਨਾਲ ਚੱਲੀ ਰਿਹਾ, ਉਹ ਜੇ ਦੇ ਰਿਹਾ ਨਾ ਮੈਂ ਲੋਡਰ ਮਾਲੀ ਲਗਾ ਉਸੀ ਆ ਗੇਅਰ ਉਸੀ ਜੀ, ਤਾਂ ਉਸ ਕੋਲ ਦੇ ਰਿਹਾ ਉਹ ਸਾਡਾ ਸਾਰਾ ਪੱਪਾ ਸਾਰਾ ਪੱਟੇ ਸਾਫ ਕਰੀ ਰਿਹਾ, ਕਿਸਾਨੀ ਆਣੇ ਰਸਤਾ ਸਾਫ ਕਰਿਆ ਕਰੋ, ਰਾਈ ਕੋਈ ਪੱਥਰ ਹੋਇਆ ਉਹ ਸਾਫ ਕਰੀ ਜਾ ਕਰੋ, ਪਾਪਾ ਉਹ ਹੈ ਕੰਮ ਕਰੀ ਰਿਹਾ, ਰਸਤੇ 'ਚ ਪੱਥਰ ਚਾਹੀਦਾ, ਪੱਥਰ ਜੇ ਚਾਹੀਦੇ ਆ ਟਰੱਕਾਂ ਨੇ ਰਸਤੇ 'ਚ ਚਾਹੀਦੇ, ਹੋਰ ਕਿਸਾਨ ਨੇ ਰਸਤੇ 'ਚ ਚਾਹੀ ਵੀ ਨਹੀਂ ਰਹੇ।
ماشاءاللہ ٹرکیں سو کے سجاوٹ کو ماشاءاللہ بہت ہی خوبصورت جایا گیا ٹرک تے بساں جڑی ہے جی ایتھے پاکستان وچ ہمیشہ ہی طرح خوبصورت سجائی جائے اے سن تو کہ وہ پاپے سارے راستے جو پتھر چتر چاہی رہے اور ٹرک کی آئی ہی رہے آئی جا استاد آئی جا اے لے پتھر چاہی جا اے استاد راستے جو پتھر چاہی رہے جی خادم آباد روڈ نے اپرو ٹرک تے کھل گیا بٹے ہن چاؤ راستہ صاف کرو تا عوام اتھو گزری ہے اتھو دودھ والی عوام بھی گزرنی ہے دودھ شدہ اگے پچھا نے سجانی ہے پاپا جی جے رہے نا اور فونا بڑی جے رہے تا باقی اساں تو کوئی ٹرک ہن جے رہے اس روڈے سے سینٹر وچ بھی کھلی جان تسیں اس روڈے پر کوئی خطرہ کوئی نہیں ہے کہ روڈ تعمیر ہونی پیا عوام اتھو کٹو گزری رہی ہے جے گزری رہی ہے او بھی آرام سکون نال گزری رہی ہے ذرا او بندہ سائیڈ ماری جاسی ہے چاہے موٹر سائیکل پر ہے چاہے گڈی پر ہے چاہے جس پڑی دی ہے السلام علیکم کیا حال ہے جی تھی گیس ہوا کیا نام ہے کیا جا تم ہوں کیا سو موٹر سائیکل بھی فری ہوا رکھے روڈ استعمال کی ہے روز ہی کرنے سو سر کتنے ٹائم بعد ہفتہ ہی کیا سواد اچھا سی کل زیادہ اچھا سی یا اج زیادہ ہی رہا اج زیادہ ہی رہا ہوں ماشاء اللہ کم شروع ہی گیا روڈ بہتری ایسی ہے کتنے دن جانے بہتری آئی جاتی ہے وہ تقریباً لگی جیسے مجھے دو ہفتے دو ہفتے روڈ کو تو نہیں کوئی ساتھ کو بنی گیا بازار تک بنی گیا میں سنتا ہے کہ پلسی تک بنی گیا اپنی ہے چلو اج سو مزہ کی انداز اسا دعا کرنے ہاں روز سا اس طرح نے مزہ کرنا اپنی روڈا سا جانے سو تھا بھی مزہ زرا اس زیادہ اچھا ہوتا ہے زیادہ مزہ ہے ادھر کھانے کی سائیڈ ہے تو نیچے وہ مٹکلا میں کھڑا بھی مزہ آتا ہے کیا روڈا نا انکرا ماشاءاللہ روڈ تیار ہونے کی ہے بہت بہت بڑی مہربانی لالا جی روڈ تیار کرنے پہ اللہ تو کی بہت ہے اللہ تعالی تو کی اجر دے تو کیا نام ہمارے پاپیاں بڑے مشکل ہوندے سے سارا راستہ ٹوٹیا پیا سی ہن ماشاءاللہ تیار ہونے پئے ہن زیادہ جمپ لگنے ہو سننا اور لگڑے لے ٹائم نال گاڑی جاسی نا سہولت زیادہ ہوئی جاتی موٹر سائیکل جانا تے گڈی تینو پتہ پھر خطرہ ہے سو جائی اس روڈ پر سفر ہونا سی اس موٹر سائیکل ہونا سی یا پیدل ہونا سی اسی پیدل جانا پیدل جان سو کی جگہ جانے سو ہے اسی چھترو موٹر سائیکل جانے ہے نا کدی کدی ماشاءاللہ تو نا کیا سنا نا سجاد احمد تیرے عشق جا رکھی نے ملکانے موڑا تو سوئے پاپا میں ادھر خادم آباد خادم آباد رکھی ہوئی نے تے اس روڈ نے جڑی سو حالت کیا پچھن دے نہیں منیا وچ سو تکیاں سنا وچ بنیاں سنا بادشاہ دے نہیں روڈ خراب تھی ساری ہن ماشاءاللہ تیار تے کیا ہن سو اس روڈ دے بارے چ کیا دل کرنا سی سا اس روڈا گزرنا ہن سو اسے آکھا کہ عوام کی سہولت ملے کہ مستقبل ہوے کہ روڈ چنگی جی ہوے چلو بندہ جانا کھا کے سواری ہوے چلو کہ مسئلہ نہ کی بنے مطلب اکھا ریٹ پینی سی ہے اس بعد ٹائر پنچر ہو جان سی موٹر سائیکل بجری نکلی سی رولا نکلا سی پا ٹائم خراب ہے سی سارا مسئلہ سی پہلے ٹوٹی ہوئی سی نا ہن ماشاءاللہ بن دی کی ٹائم نہ تیار ہن تو میں تکنا میں سنیا منہ وڑی تیاں رونکاں ہیں کہ روڈا تھا کم شروع ہے میں عوام خوشی نال جے رہی ہے ایتھوں پنگڑے پانے چاہی رہی ہے اس روڈ کی پٹیا جے رہی ہے اور اسی چپیاں کیتا جے رہی ہے تاکہ آسانی نال ایتھوں جڑیاں بڑیاں گڈیاں ہیں او گزر جان چھوٹیاں گزر جان ہر طرح جڑی ہے گڈی او ایتھوں گزری جائے سائیں خاتمہ آباد روڈ دی صورت حال چک کرائی رہے سب سائیں کہ جیسا کہ بیا اس روڈ ہر طرح دی عوام گزرنی ہے تے سارے نال موجود ہے جی قاری صاحب قاری رمضان صاحب السلام علیکم وعلیکم السلام ورحمۃ اللہ کیا حال ہے جی ٹھیک ہو جی الحمدللہ رب العالمین اج سب تے جے رہے سو جی میں اسے سڑک کی تکنے واسطے آیا سا میں سنیا سی کہ سڑک بننی بھی تکی اچھا کہ بھی کیڑی حالت ہے جی سڑک تک انہوں حالت ہی اگلی جو بہتر ہے یا اس تو گئی گزری ہے نا میں تو یہ سمجھنا کہ اس حالت ہی جی ہونی جی نہیں سڑک کیونکہ پتھر جتھر سامنے تو ہیں نا بندے کی نظر تک نہیں پہنتی پتھر ہیں پہلے جی حالت سی پتہ ہی نہیں سی لگنا کہ بھی کیڑی جگہ سے کھڑا ہے تو سب کتنے جا گئے کسی نے پیر یا پیر سلپ سی کہ کسی نے حالت خراب ہو جائے روڈ میں پہلو حالت سی ہے اور حالت سو کتنے ٹائم سے تکی رہے تقریباً جی اس کی اللہ تعالیٰ جھوٹ نہ بلوایا تھا 10-15 سال تو اسا یہ روڈ نہیں حالت تکی رہے ہیں مطلب بچ تھوڑی بہت مرمتی یا تھوڑا بہت روڈ بنایا بھی ہے نہیں آخنے کہ نہیں بنایا لیکن یہ حالت جیڑی خادم آباد نہ مین روڈ ہے مطلب کہ اتو گزرا بھی گزرنے تو مطلب کہ اور بھی آلہ حکام نے جڑے بندے کی میٹنگ یا وغیرہ ہوئے اس طرح سے اتو لنگی تو جانے لیکن انہوں کی سوچنا چاہیے ہے نا کہ صاحب اس روڈ پر جیسا کہ بیا کہ ہر طرح کی عوام گزرنی ہے اسی نمازی بھی ہونے سیاسی بندے بھی ہونے بالکل اسٹوڈنٹ بھی ہونے سکولوں چ بھی لوگ جانے
ਕਦੀ ਐਸਾ ਇਤਫਾਕ ਹੋਇਆ ਹੋਇਆ ਜ਼ਰਾ ਬਾਰਿਸ਼ਾਂ ਵੀ ਹੋਣੀਆਂ ਨਹੀਂ ਆ ਰੋਡਾਂ ਤੋਂ ਟੱਕਿਆ ਸੀ ਪਾਣੀ ਖੱਤਾ ਹੋਣਾ ਆ ਸੋ ਇੱਥੋਂ ਗੁਜ਼ਰੇ ਹੋ ਤਾਂ ਸਾਂ ਕੋਈ ਕੱਪੜਿਆਂ ਵਿੱਚ ਛਾਂਟੇ ਪੈ ਗਏ ਹੋਣ ਤਾਂ ਕੱਪੜੇ ਨਾ ਪਾ ਸਰ ਇਹ ਮਤਲਬ ਹੈ ਕਿ ਇਹ ਤਾਂ ਰੋਜ਼ ਬਾਰਿਸ਼ ਹੋਣੀ ਨਹੀਂ ਦੇਰ ਹੋਣੀ ਨਾ ਕਿ ਇਹ ਤਾਂ ਰੋਜ਼ ਮਰਨ ਦਾ ਕੰਮ ਹੈ ਕਿਉਂਕਿ ਮੈਂ ਰਿਕਸ਼ਾ ਵੀ ਰੱਖਿਆ ਵਾ ਅਤੇ ਮੋਟਰਸਾਈਕਲ 'ਤੇ ਵੀ ਆਮਦ ਰਫਤ ਰਹਿਣੀ ਇਸ ਪਾਸੇ ਅਤੇ ਕਈ ਦਫ਼ਾ ਇਸ ਤਰ੍ਹਾਂ ਦੇ ਵਾਕਿਆਤ ਹੋਏ ਨੇ ਕਿ ਘਰੋਂ ਨਵੇਂ ਕੱਪੜੇ ਪਾਈ ਤੇ ਆਏ ਅਤੇ ਫਿਰ ਜਾ ਕੇ ਇਸ ਟਾਈਮ ਬੁੱਢੀ ਗਿਆ ਕਿ ਵੀ ਕੱਪੜੇ ਦੇ ਤੁਸੀਂ ਆਖਿਆ ਹੁਣੇ ਤਾਂ ਪਾਈ ਤੇ ਗਏ ਸੀ ਅਤੇ ਕਿਸ ਤਰ੍ਹਾਂ ਖਰਾਬ ਕੀਤੀ ਨਹੀਂ ਅਤੇ ਇਸ ਤਰ੍ਹਾਂ ਦੀ ਹਾਲਤ ਜਿਹੜਾ ਰੋਜ਼ ਮਰਨ ਨਹੀਂ ਹੋਣੀ ਰਹਿਣੀ ਇਹ ਮਾਲੇ ਟਰੱਕ ਜਿਹੜਾ ਆਇਆ ਜੀ ਰੋਡੇ ਵਾਲਾ ਤੁਤਰਾ ਮਾਲੇ ਇਸ ਨੂੰ ਬਜਣਾ ਕੋਈ ਨਹੀਂ ਆ ਪਾਪਾ ਕੋਈ ਨਹੀਂ ਹੋਣੀ ਅਸ ਉਹ ਤੁਤਰਾ ਤਾਂ ਪਜਾਓ ਆਸਰਾ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਨਜ਼ਰ ਆਈ ਅਸੀਂ ਆ ਰੋਡ ਕਾ ਸ਼ਹਿਜ਼ਾਦਾ ਇਹ ਰੋਡਾਂ ਫੇਰਿਆ ਜਾਣਾ ਬਠੇ ਪ੍ਰੈਸ ਕੀਤਾ ਜਾਣਾ ਫਿਰ ਰੋਡ ਜਿਹੜੀ ਆਇਆ ਜੇ ਉਹ ਲੈਵਲ ਆ ਜਾਣੀ ਉਸਤਾਦ ਹੋਣੀ ਸੀ ਖਿਲਾਈ ਉੜਿਆ ਕੰਮ ਸ਼ਮ ਮੁਕੰਮਲ ਕਰੀ ਉੜਿਆ ਮੁੱਕ ਗਿਆ ਕੰਮ ਖਿਲਾਣਗੇ ਉਸ ਖਿਲਾਣਗੇ ਉਸ ਅਸੀਂ ਹੁਣ ਖਿਲਾਣਗੇ ਉਹ ਹਾਂ ਜੀ ਉਸਤਾਦ ਆਣੇ ਹੁਣ ਨਾ ਤਾਂ ਕੰਮ ਮੁੱਕੀ ਆ ਬਾਕੀ ਇਸ ਵਜ੍ਹਾ ਕੰਮ ਕੀਤਾ ਜਾ ਸੀ ਨਾ ਸਵੇਲਾ ਕੀਤਾ ਜਾ ਸੀ ਸਵੇਲਾ ਚੀਜ਼ ਕਰਿਆ ਜਾ ਸੀ ਆ ਸਰ ਇਹ ਜਿਹੜਾ ਹੈ ਨਾ ਜੀ ਇਹ ਜਿਹਾ ਲੈਵਲ ਨਹੀਂ ਇਸ ਵਕਤ ਅਸਾਂਗੇ ਦੂਆ ਅਟਰਾ ਚਾਚੀ ਨਾ ਹੋਵੇ ਜਾਂ ਅਸੀਂ ਲੈਵਲ ਕਰਸੀ ਆ ਰੁਲਾ ਫਿਰਸੀ ਆ ਤਾਂ ਫਿਰ ਇਹ ਜਿਹੜੀ ਹੈ ਨਾ ਜੀ ਸੜਕ ਉਹ ਲੈਵਲ ਹੋ ਜਾਂਦੀ ਆ ਤਾਂ ਬਾਕੀ ਆਵਾਮ ਸੜਕ ਨੇ ਹੋਸਦਾ ਉਹੀ ਸਭ ਵਾਂਗ ਵੀ ਚਾਹੀਦਾ ਕਿ ਇਹ ਮੁਤਬਾਦਲ ਰਾਸਤਾ ਜਿਹੜਾ ਹੈ ਨਾ ਜੀ ਉਹ ਇਸਤੇਮਾਲ ਕਰੀ ਕਿ ਨਾ ਅਗਰ ਇਸ ਰੋਡਾਂ ਵਿੱਚ ਜਾਂਦੀ ਨਾ ਉਹਨਾਂ ਨੇ ਮੋਟਰਸਾਈਕਲ ਗੱਡੀਆਂ ਉਹ ਜਿਹੜੇ ਟਰੱਕ ਟਰੱਕ ਰੱਖੇ ਛੱਕੇ ਆਏ ਨਾ ਜੀ ਉਹਨਾਂ ਦੇ ਟਾਇਰ ਜਿਹੜੇ ਹੈ ਨਾ ਜੀ ਉਹ ਪੈਂਚਰ ਹੋਣੇ ਨਾ ਚਾਂਸ ਜ਼ਿਆਦਾ ਆ ਅਸਲਾਮ ਵਾਲੇਕੁਮ ਉਸਤਾਦ ਜੀ ਕਿਆ ਲਾ ਠੀਕ ਹੋ ਉਸਤਾਦ ਜੀ ਹੁਣ ਤੋਂ ਜੇਰੇ ਹੋਇਆ ਡੇਰੇ 'ਤੇ ਅਸਾਂ ਨੇ ਐਕਸਪੀਰੀਅੰਸ ਪਹਿਲੀ ਸਭ ਮਸ਼ੀਨ ਖਿਲਾਈ ਹੋਣੀ ਪੈ ਗੁਜ਼ਾਰੇ ਤੇ ਇੱਥੇ ਨਹੀਂ ਵਾਮ ਨਾਲ ਸਾਡੀ ਮੁਲਾਕਾਤ ਹੀ ਹੈ ਹਾਂ ਜੀ ਤੁਸੀਂ ਕਿੱਥੋਂ ਦੇ ਹੋ ਜੀ ਮੈਂ ਵੀ ਇੱਥੇ ਦਾ ਆਇਆ ਕਸ਼ਮੀਰ ਦੇ ਹੋ ਕਸ਼ਮੀਰ ਦਾ ਮੇਰੇ ਮਾਮ ਬਹੁਤ ਚੰਗੇ ਹੈ ਕਿੱਥੋਂ ਆ ਗਏ ਜਾਂ ਤੁਸੀਂ ਤਲਕ ਹੈ ਅਸਾਂ ਪੰਜਾਬ ਦੇ ਹਾਂ ਪੰਜਾਬ ਦੇ ਹੋ ਜੀ ਇਹ ਮਸ਼ੀਨ ਵੀ ਪੰਜਾਬ ਦੀ ਹੈ ਇਹ ਇੱਥੋਂ ਦੀ ਕਸ਼ਮੀਰ ਦੀ ਹੈ ਕਸ਼ਮੀਰ ਦੀ ਰਾਨੀ ਅੱਪਰ ਲਿਖਿਆ ਰੋਡ ਦਾ ਚਜ਼ਾਦਾ ਜੀ ਵਾਹ ਉਸਤਾਦ ਜੀ ਮੈਂ ਕਮਾਲ ਹੋ ਗਿਆ ਤਾਂ ਉਸਤਾਦ ਜੀ ਰੋਡ ਕਿਹੜਾ ਕਰੇ ਬਣਾਣੀ ਹੈ ਬਾਜ਼ਾਰ ਤੱਕ ਆਇਆ ਜਾਂ ਸੁੱਗਿਆ ਵੀ ਆਇਆ ਬਸ ਇੱਥੋਂ ਦੀ ਕਰੀ ਆਇਆ ਬਾਜ਼ਾਰ ਤੱਕ ਬਾਜ਼ਾਰ ਤੱਕ ਹੀ ਆ ਠੀਕ ਹੈ ਉਸਤਾਦ ਜੀ ਸੋ ਜਾਓ ਹੈ ਕੰਮ ਕਾਜ ਕਰੋ ਹੈ ਬਾਕੀ ਆ ਉਸਤਾਦ ਰਵਾਸ਼ਾਂ ਜੀ ਰਕਸ਼ਿਆ ਲਾ ਲੋਡਰ ਉਸਤਾਦ ਐਸਾ ਤਾਂ ਕੋਈ ਖੱਲੋ ਜਾਓ ਜੀ ਖੱਲੀ ਜਾਓ ਸਤਾ ਜੀ ਕੀ ਹਾਲ ਹੈ ਹੋਰ ਸੁਣੋ ਬੜੇ ਉਟਕੜੇ ਉਟਕੜੇ ਲੱਗੇ ਛੇ ਸੋ ਹੈ ਛਾਲਾਂ ਮਾਨੇ ਮਾਨੇ ਰਾਹੀ ਆ ਜਾ ਅੱਜ ਹੀ ਆ ਜਾ ਹੋਇਆ ਅਰਸੇ ਤੋਂ ਹੀ ਆ ਜਾ ਤਾਂ ਹੁਣ ਮਾਸ਼ਾਅੱਲਾ ਬਿਹਤਰੀ ਅਸੀਂ ਨਾ ਬਿਹਤਰ ਹੋ ਗਿਆ ਇਸ ਤੋਂ ਪਹਿਲੇ ਬੋਲੂ ਖਰਾਬ ਸੀ ਆਵਾਮ ਦੀਆਂ ਦੁਆਵਾਂ ਰੰਗ ਕਿ ਨਹੀਂ ਆਈਆਂ ਆਖਿਰਕਾਰ ਨਾ ਉਸਤਾਦ ਰੁਕਿਆ ਮਿਲੇ ਉਹਨੇ ਕੁਝ ਆਉਂਦੀ ਨਹੀਂ ਮੁਕੰਮਲ ਕਰਨੀ ਆ ਯਕੀਨ ਕਰੀ ਕਿ ਨੋ ਹੁਣ ਜ਼ਰਾ ਇਹ ਪੱਟ ਚਪੱਟਾ ਹੋ ਗਿਆ ਸੋ ਸਾਰੀ ਮੰਨੋ ਤਾਂ ਸਭ ਸੋਹਣੀ ਮੰਨਣੇ ਆ ਠੀਕ ਆ ਉਸਤਾਦ ਜੀ ਜਾਣ ਦਿਓ ਹੁਣ ਖਿਲਾਏ ਨਾ ਰੋਡ ਇੱਧਰ ਹੈ ਆਵਾਮ ਉਧਰੋਂ ਜਾ ਰਹੀ ਹੈ ਰੋਡ ਇੱਧਰ ਨੇ ਨਾ ਆਵਾਮ ਰੋਡਿਆਂ ਵੀ ਨਹੀਂ ਜਾ ਰਹੀ ਹੈ ਆਰੀਆਂ ਵੀ ਜਾ ਰਹੀ ਆ ਰੋਡ ਇਸਤੇਮਾਲ ਕਰੋ ਰੋਡ ਸਾਹਿਬ ਸਾਹਿਬ ਜੋ ਸਾਨੂੰ ਮਨਾਈ ਰਹੇ ਹਾਂ ਕਿ ਰੋਡ ਇਸਤੇਮਾਲ ਕਰੋ ਹੈ ਰੋਡਾ ਜਾਓ ਹੈ ਇਹ ਸੰਗੀ ਪਿੱਛੇ ਨਜ਼ਰ ਅੱਛੀ ਹੋਸੀ ਹੈ ਬਜਰੀ ਰੋੜੀ ਨਜ਼ਰ ਆਈ ਰਹੀ ਹੋਸੀ ਆ ਇਹ ਰੋੜੀ ਜਿਹੜੀ ਹੈ ਨਾ ਜੀ ਇਸ ਰੋਡਾਂ ਨੇ ਉੱਪਰ ਬਹਿ ਜਾਈ ਸੀ ਹੈ ਅਤੇ ਬਾਕੀ ਇੱਧਰ ਗੱਸੋਂ ਤੱਕੋ ਹੈ ਦੱਸੋ ਕਿ ਇੱਧਰ ਨਜ਼ਰ ਅੱਛਣਾ ਹੋਸੀ ਹੈ ਮਲਵਾ ਇਸ ਮਲਵੇ ਕੀ ਬਾਜੀ ਸਾ ਰੋਡਾ ਬਹਿ ਜਾ ਸੀ ਫਿਲਹਾਲ ਸੀ ਪੱਟੇ ਆਏ ਨੇ ਹਾਂਜੀ ਉਸਤਾਦ ਜੀ ਕੀ ਹਾਲ ਹੈ ਮੌਜਾ ਮਾਰੀ ਗਏ ਹੋ ਖਾਦਮਾ ਬਰਬਾਦ ਨਹੀਂ ਰੋਡਾ ਪਰ ਉਸਤਾਦ ਵੀ ਲੱਗੇ ਛੇ ਇਹਨਾਂ ਵੀ ਕਾਫੀ ਇੰਜੋਏ ਕੀਤਾ ਇਸ ਰੋਡਾ ਪਰ ਮਜ਼ਾ ਨਾ ਆਇਆ ਤਾਂ ਪੈਸੇ ਵਾਪਸ ਬਾਬਾ ਚੰਗਾ ਆਸਣਾ ਜੀ ਮੋਟਰਸਾਈਕਲ ਉਹ ਜਵਾਨ ਕਹਿ ਲਾਉਣੇ ਰੋਡਾਂ ਵਾਲਾ ਜਵਾਨ ਬੁੱਢਿਆਂ ਨਾਲ ਚੁੜਿਆ ਕਰੋ ਨਾ ਉਹ ਬੁੱਢਿਆਂ ਨਾਲ ਉਹਨੂੰ ਆਇਆ ਇੰਡੀਕੇਟਰ ਨਹੀਂ ਸੀ ਨਾ ਲਿਆ ਜੀ ਸ਼ਾਇਦ ਬੁਝਾਉਣ ਵਾਸਤੇ ਤਾਂ ਲਿਆ ਸੀ ਅਸਾਂ ਕਿਸੇ ਲਾਂ ਸਦਾਈ ਸਿੱਧੀ ਰੋਡਾ ਬੁਝਾਉਣੇ ਸਭ ਖਿਦਮਤ ਉਹਨਾਂ ਸੀ ਤਾਂ ਸੋ ਨਾ ਬੰਦਾ ਹੱਥ ਕਰੀ ਉਹਨਾਂ ਸਭ ਸਬਰ ਸਬਰ ਸੋ ਆਖਿਆ ਸੀ ਨਾ ਅਸਾਂ ਪਿੱਛੇ ਜਾਣਾ ਅੱਗੇ ਨਿਕਲੀ ਜਾਓ ਵਰਨਾ ਅੱਗੇ ਚੰਗੇ ਵੀ ਨਿਕਦੇ ਆ ਪਿੱਛੂ ਬੰਪਰ ਵੀ ਉਹਨਾਂ ਨਾਲ ਗਿਆ ਲੈਟ ਵੀ ਗਈ ਹੋਰ ਸੁਣਾਓ ਅੱਲਾ ਨੂੰ ਸ਼ੁਕਰ ਆਦਮਾ ਬਾਦਰੀ ਰੋਡਾ ਬਣਾਇਆ ਕਿਸਾ ਮਹਿਸੂਸ ਕੀਤਾ ਨੇ
ਕੰਮ ਜਾਰੀ ਹੈ ਜੀ ਅੱਲਾ ਕਰੇ ਤੇ ਬਣੀ ਜਾਏ ਬੰਸੀ ਬਣੀ ਜਾਏ ਚੰਗੀ ਗੱਲ ਹੈ ਬੰਸੀ ਵੀ ਦੇਖਿਆ ਉਸਦੀ ਤਾਂ ਕਿਸੇ ਨੂੰ ਇਹ ਡੈਂਪਰਾਂ ਨੇ ਅੱਗੇ ਰੋਡ ਕਿਤਨਾ ਕਾਦਾ ਕਰਨੀ ਹੈ ਮੈਂ ਇਹ ਥੋੜ੍ਹੇ ਟਾਈਮ ਸੂਝਣ ਨੇ ਸਵਾਦ ਦਿੱਤਾ ਇਹਨਾਂ ਹੀ ਕਿਆ ਸਵਾਦ ਦੱਸਣਾ ਜੀ ਇਹਨਾਂ ਨਾਲ ਕੰਮ ਹੋਣਾ ਬਸ ਲਾਈ ਸੂਟਾ ਮਾੜਾ ਨਾਮ ਅਮਨ ਸਾਦਕ ਸਾਦਕ ਉਰਫ ਸ਼ਾਕਰ ਸ਼ਾਕਰ ਚਾਚਾ ਸੁਣਕੇ ਸ਼ੇਰੀ ਸ਼ੇਰੀ ਵੀ ਆਖਣੇ ਹਾਂ ਜੀ ਬਿਲਕੁਲ ਉਹ ਕੀ ਆਖਣੇ ਆ ਬਸ ਇਹ ਨਾਮ ਪਈ ਗਿਆ ਚਾਚੇ ਪੈਦਲ ਗੁਜ਼ਰਨੇ ਬੰਦੇ ਵੀ ਗੁਜ਼ਰੀ ਰਿਹਾ ਇਸ ਰੋਡਾ ਧੂਰਾ ਪਟਨਾ ਜਾਣਾ ਆ ਕਿਆ ਹੋਇਆ ਨਹੀਂ ਚੱਲਣੀ ਵੀ ਇੱਥੇ ਰੋਡ ਖਰਾਬ ਹੈ ਇਹ ਨਹੀਂ ਹੁਣ ਖਲਣਾ ਇਹ ਨਸ ਗਿਆ ਆ ਸੋ ਇਸ ਵੇਲੇ ਅਸੀਂ ਆਈ ਗਏ ਹਾਂ ਜੀ ਅਫਰ ਜਿੱਥੇ ਖਾਦਮਾਬਾਦ ਮੋੜ ਖਾਦਮਾਬਾਦ ਵਾਲੀ ਸਾਈਡ ਰੋਡ ਜਾਣੀ ਹੈ ਇਹ ਅਗਰ ਰੋਡ ਸਾਂ ਤੱਕ ਹੋਇਆ ਇਹ ਸੰਗੀ ਨਜ਼ਰ ਆਈ ਜਿਹੜੀ ਉਸ ਹੈ ਸਹੀ ਸਲਾਮਤ ਹੈ ਕਿਉਂਕਿ ਇਹ ਜਿਹੜੀ ਰੋਡ ਬਣਤੀ ਸੀ ਜੀ ਉਹ ਹਾਲ ਦੋੜੀ ਬਣਤਾ ਸੀ ਤਾਂ ਬਾਕੀ ਅਸੀਂ ਨਜ਼ਰ ਅੱਛਾ ਉਸ ਸੰਘ ਬੁਨਿਆਦ ਵਾਲਾ ਬੋਰਡ ਇਹ ਪਿਛਾਂ ਦੇ ਅਜ਼ਰ ਸਾਦਕ ਸਭ ਆਏ ਸਨ ਉਹਨਾਂ ਇਸ ਨੀ ਬੁਨਿਆਦ ਰੱਖੀ ਸੀ ਹੈ ਤਕਰੀਬਨ 8 April 2023 ਤਾਂ ਇਸ ਪਰ ਜਿਹੜੀ ਲਾਗਤ ਦੱਸੀ ਨਾ ਜੀ ਉਹ 54 million ਅਤੇ ਲੰਬਾਈ ਜਿਹੜੀ ਇਸ ਨਹੀਂ ਆਇਆ ਨਾ ਜੀ 2.50 ਯਾਨੀ ਕਿ ਇਹ ਜਿਹੜੀ ਰੋਡ ਜਾਸੀ ਨਾ ਖਾਦਮਾਬਾਦ ਬਾਜ਼ਾਰਾ ਦਕੜੀ ਜਾਸੀ ਆ ਉਸ ਤੋਂ ਅੱਗੇ ਅਸਾਂ ਕਿ ਹਾਲਾਤ ਤੁਹਾਨੂੰ ਦੱਸਣਾ ਕਿ ਇਹ ਰੋਡ ਜਾਸੀ ਆ ਅੱਜ ਜਿਹੜੀ ਵੀਡੀਓ ਸਾਨੂੰ ਰੱਖੀ ਆ ਇਸ ਅਸਾਂ ਤੁਸੀਂ ਦੱਸਿਆ ਕਿ ਖਾਦਮਾਬਾਦ ਦੀ ਰੋਡ ਨਾਲ ਕੰਮ ਸਟਾਰਟ ਹੋਈ ਆ ਲੋਕਾਂ ਦੀਆਂ ਦੁਆਵਾਂ ਜਿਹੜੀਆਂ ਹੈ ਸਨ ਜੀ ਉਹ ਰੰਗ ਕਿ ਨਹੀਂ ਆਈਆਂ ਤਕਰੀਬਨ ਕਾਫੀ ਟਾਈਮ ਤੋਂ ਖਾਦਮਾਬਾਦ ਦੀ ਆਵਾਮ ਜਿਹੜੀ ਹੈ ਜੀ ਉਹ ਇਸ ਰੋਡ ਪਰ ਜ਼ਲੀਲ ਹੋਣੀ ਸੀ ਆ ਹੁਣ ਕੰਮ ਸਟਾਰਟ ਹੋਈ ਆ ਉਮੀਦ ਆ ਕਿ ਜਲਦੀ ਖਤਮ ਹੋਈ ਆ ਬਾਕੀ ਸਾਨੂੰ ਕਿ ਨਹੀਂ ਜਲਦੀ ਸਲਾਈ ਸਾਡੀ ਖਿਦਮਤ ਇਸ ਤਰ੍ਹਾਂ ਸਾਨੂੰ ਨਹੀਂ ਵੀਡੀਓ ਕਿ ਹਾਜ਼ਰ ਹੋਣੇ ਸਾਡਾ ਤੱਕ ਦੱਸੋ ਇਜਾਜ਼ਤ ਹੀ ਮਾਨ ਅੱਲਾ।